ਇਹ ਵੀਡੀਓ ਤੁਹਾਨੂੰ ਸੁਣ ਜ਼ਰੂਰੀ ਹੈ ਕਿਉਂਕਿ ਪੰਜਾਬ ਸਾਰੀਆਂ ਮੌਤਾਂ ਹੈ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਇਹ ਆ ਨੈਗਨੇਰੀਆ ਫਾਉਲਰੀ ਠੀਕ ਹੈ ਇੱਕ ਜੀਵ ਹੁੰਦਾ ਹੈਗਾ ਛੋਟਾ ਜਿਹਾ ਨੱਕ ਵੱਜਦੀ ਵਿੱਚ ਵੜ ਜਾਂਦਾ ਦਿਮਾਗ ਦੇ ਵਿੱਚ ਜਦੋਂ ਇਹ ਵੜ ਉੱਥੇ ਆਪਦੀ ਆਰਮੀ ਬਣਾ ਲੈਂਦਾ ਠੀਕ ਹੈ ਉਹਦੀ ਜਨਸੰਖਿਆ ਪ੍ਰੋਡਿਊਸ ਕਰਕੇ ਪੂਰੇ ਦਿਮਾਗ ਦੇ ਵਿੱਚ ਜਦੋਂ ਇਹ ਖਤਮ ਕਰ ਦਿੰਦਾ ਸੁੱਜ ਜਾਂਦਾ ਦਿਮਾਗ ਉਹਨੂੰ ਖਾਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਬੰਦੇ ਨੂੰ ਕੀ ਮਹਿਸੂਸ ਹੁੰਦਾ ਹੈਗਾ ਜਿਹਦੇ ਸਭ ਕੁਛ ਹੋ ਰਿਹਾ ਹੁੰਦਾ ਵੀ ਤੁਹਾਨੂੰ ਉਲਟੀ ਆਉਂਦੀ ਆ ਜਾਣੂ ਕਿਸੇ ਚੀਜ਼ ਦਾ ਟੇਸਟ ਨਹੀਂ ਪਤਾ ਲੱਗਦਾ ਗਾ ਉਦੋਂ ਬਾਅਦ ਦੇ ਵਿੱਚ ਉਹਨੂੰ ਹਲੂਸੀਏਸ਼ਨ ਹੋਣ ਲੱਗ ਜਾਂਦਾ ਇੱਕ ਇੱਕ ਚੀਜ਼ਾਂ ਕਈ ਦੇਖਣ ਲੱਗਦੀਆਂ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਮਸਾਂ 5 ਕੁ ਦਿਨ ਦੇ ਵਿੱਚ ਜਦੋਂ ਇਹ ਜੀਵ ਨੱਕ ਦੇ ਵਿੱਚ ਗਿਆ ਹੁਣ ਇਹ ਨੱਕ ਦੇ ਵਿੱਚ ਕਦੋਂ ਜਾਂਦਾ ਗਾ ਨੱਕ ਦੇ ਵਿੱਚ ਹੁਣ ਗਰਮੀ ਦੇ ਦਿਨ ਚੱਲਦੇ ਆ ਲੋਕ ਜਿਹੜੇ ਸੂਇਆਂ ਦੇ ਵਿੱਚ ਨਹਿਰਾਂ ਦੇ ਵਿੱਚ ਜਾਂ ਗੰਦੇ ਸੱਪੜਾਂ ਦੇ ਵਿੱਚ ਨਹਾਉਂਦੇ ਆ ਇਹ ਜੀਵ ਨੱਕ ਰਾਹੀਂ ਵੜਦਾ ਗਾ ਜਿਹੜਾ ਤਾਂ ਚੱਲ ਇੱਕ ਵਾਰੀ ਮਾਰੀ ਅਤੇ ਨਿਕਲਿਆ ਚੁੱਭੀਆਂ ਜਦੋਂ ਕੋਈ ਲੰਮਾ ਸਮਾਂ ਪਾਣੀ ਦੇ ਵਿੱਚ ਰਹੂਗਾ ਗੰਦੇ ਪਾਣੀ ਦੇ ਵਿੱਚ ਰਹੂਗਾ ਇਹ ਜਿਹੜਾ ਇਹ ਵਾਇਰਸ ਆ ਜਿਹੜਾ ਅੰਬੀਬਾ ਇਹ ਨੱਕ ਵੱਜਦੀ ਵੜ ਕੇ ਬੰਦੇ ਦੇ ਸਿਰ ਚਲਾ ਜਾਂਦਾ ਗਾ ਇਹਦੇ ਸਿਮਟਮ ਇਹੀ ਆ ਵੀ ਉਲਟੀ ਆਉਂਦੀ ਹੈ ਜਾਂ ਕੋਈ ਸਮੈਲ ਨਹੀਂ ਮਹਿਸੂਸ ਹੁੰਦੀ ਉਦੋਂ ਨੂੰ ਜਦੋਂ ਨਹੀਂ ਕੋਈ ਬੰਦਾ ਸਕੈਨ ਸਕੂਨ ਕਰਾਉਣ ਬਾਰੇ ਜਾਂ ਕੁਛ ਸੋਚਦਾ ਗਾ MRI ਉਦੋਂ ਨੂੰ ਬੰਦਾ ਖਤਮ ਹੋ ਜਾਂਦਾ ਗਾ ਇਹ ਇਹੋ ਜਿਹਾ ਜੀਵ ਆ ਆਪਣੇ ਇਹ ਚੀਜ਼ ਬਾਰੇ ਲੋਕਾਂ ਨੂੰ ਬਿਲਕੁਲ ਵੀ ਅਵੇਅਰਨੈਸ ਨਹੀਂ ਹੈਗੀ ਠੀਕ ਹੈ ਜੇ ਕਿਸੇ ਨੂੰ ਤੁਸੀਂ ਹਿੱਤ ਪਿਆਰ ਰੱਖਦੇ ਉਹਨਾਂ ਨਾਲ ਵੀਡੀਓ ਇਹ ਸ਼ੇਅਰ ਕਰੋ ਕਿ ਗੰਦੇ ਪਾਣੀ ਦੇ ਵਿੱਚ ਸੱਪੜਾਂ ਸੂਈਆਂ ਨਹਿਰਾਂ ਦੇ ਵਿੱਚ ਨਾ ਨਹਾਉਣ ਨਹਾਉਣਾ ਹੁੰਦਾ ਗਾ ਬਹੁਤ ਜ਼ਿਆਦਾ ਐਮਰਜੈਂਸੀ ਆ ਮੋਟਰਾਂ 'ਤੇ ਨਹਾ ਲਓ ਪਾਣੀ ਉੱਤੇ ਪਾ ਲਓ ਵਿੱਚ ਵੜ ਕੇ ਜਿਹੜਾ ਮੂੰਹ ਵਿੱਚ ਕਰਕੇ ਜਿਹੜਾ ਤੈਰਨਾ ਹੁੰਦਾ ਗਾ ਵੈਸੇ ਤਾਂ ਮੂੰਹ ਵਿੱਚ ਕਰਕੇ ਕੋਈ ਰਹਿ ਨਹੀਂ ਸਕਦਾ ਥੋੜ੍ਹਾ ਟਾਈਮ ਵੀ ਜੇ ਕੋਈ ਜ਼ਿਆਦਾ ਰਹਿਣ ਦੀ ਕੋਸ਼ਿਸ਼ ਕਰੂਗਾ ਇਹ ਨੱਕ ਰਾਹੀਂ ਇਹ ਜਿਹੜਾ ਇਹ ਅੰਬੀਬਾ ਉਹਦੇ ਅੰਦਰ ਚਲਾ ਜਾਂਦਾ ਗਾ ਇਹ ਚੀਜ਼ ਸ਼ੇਅਰ ਕਰੋ ਸਾਰਿਆਂ ਜਣਿਆਂ ਨੂੰ ਪਤਾ ਲੱਗ ਜਾਵੇ ਕਿਉਂਕਿ ਇਹ ਡਿਟੈਕਟ ਹੀ ਨਹੀਂ ਹੁੰਦਾ ਗਾ ਬਾਅਦ ਦੇ ਵਿੱਚ ਵੀ ਬੰਦੇ ਨੂੰ ਕੀ ਹੋਇਆ ਕਹਿ ਦਿੰਦਾ ਚੰਗਾ ਭਲਾ ਸੀਗਾ ਬਸ 4-5 ਦਿਨਾਂ ਦੇ ਵਿੱਚ ਹੀ ਇਹ ਮੌਤ ਹੋ ਗਈ ਇਹਦੀ ਇਹ ਉਹਦੇ ਪਿੱਛੇ ਕਾਰਨ ਹੁੰਦਾ ਗਾ ਬਹੁਤ ਲੋਕਾਂ ਨੂੰ ਇਹਦੇ ਬਾਰੇ ਬਿਲਕੁਲ ਪਤਾ ਨਹੀਂ ਨਾ ਹੀ ਪਿੰਡਾਂ ਦੇ ਵਿੱਚ ਇਹ ਛੋਟੇ ਮੋਟੇ ਡਾਕਟਰ ਨੂੰ ਇਹਦੇ ਬਾਰੇ ਪਤਾ ਇਹਨੂੰ ਡਿਟੈਕਟ ਕਰਨਾ ਪੋਸਟਮਾਰਟਮ ਦੇ ਵਿੱਚ ਵੀ ਜੋ ਦਿਮਾਗ ਸੁੱਜਿਆ ਹੁੰਦਾ ਦਿਮਾਗ ਦੇ ਵਿੱਚ ਜ਼ਖਮ ਹੁੰਦੇ ਆ ਫਿਰ ਕਿਤੇ ਜਾ ਕੇ ਇਹ ਚੀਜ਼ ਦਾ ਕੋਈ ਡਾਕਟਰ ਆਈਡੀਆ ਲਾ ਪਾਉਂਦਾ ਕਿ ਇਹਨੂੰ ਇਹ ਅੰਬੀਬਾ ਜਿਹੜਾ ਨਗੇੜੀਆ ਫੋਲਰੀ ਕਹਿੰਦੇ ਆ ਇਹਨੂੰ ਹੋਇਆ ਸੀਗਾ ਠੀਕ ਆ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਸਭ ਲੋਕਾਂ ਦੇ ਨਾਲ ਜਾਣਕਾਰੀ ਇਹ ਪਹੁੰਚਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਲੋਕ ਇਹ ਤੋਂ ਅਵੇਅਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਗਾ ਠੀਕ ਆ ਜੀ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਦੇਖਦੇ ਰਹੋ ਪ੍ਰੋਜੈਕਟ ਵਿਜ਼ਡਮ।